संयुक्त किसान मोर्चे वालों 5 जून मोदी सरकार के वालों बनाए गए काले कानूनों के खिलाफ बीजेपी आगुओं के घरों के बाहर काले कानून दी कापियां सामने की काल दी गई सी। इस दे चलदे नाभा विखे भी किसानों के वालों रोस प्रदर्शन किया गया। नाभा के बौड़ा गेट विखे मोदी सरकार के काले कानून दी कापियां सड़ी गई। इस मौके किसान यूनियन नाभा के आगुओं ने गलबात करदे कहा कि अज नाभा के बौड़ा गेट विखे काले कानून दी कापियां सड़ी गई ने। उन्होंने कहा कि यह विरोध उदों तक जारी रहेगा जब तक काले कानून रद्द नहीं किए जाते। चाहे मोदी सरकार सानू 4 साल तक लई दिल्ली बिठा के रखे, साडा संघर्ष जारी रहेगा। हरियाणा के टोहाना विखे जेजेपी विधायक वालों किसानों प्रति भद्दी भाषा का प्रयोग किया गया। उसे टिप्पणी करदे किसान आगुओं ने कहा कि मोदी सरकार अपना तानाशाही रवैया अपना रही है। हरियाणा में भी मोदी की खट्टर सरकार है जो कि खट्टर सरकार किसानों के साथ जुल्म कर रही है। जेकर सानू भी टोहाना में जाने की कॉल आएगी तो असीं मोडे नाल मोडा जोड़ के खड़ांगे। जिहड़े खेतीबाड़ी के किसान खिलाफ जिहड़े 3 कानून मोदी सरकार ने बनाए ने उन्हां नूं अज एक साल हो गया साडे किसानां नूं संघर्ष करदिआं नूं एक साल हो चलिया पूरा उन्हां बिलां दे विरोध दे विच। अज असीं उन्हां कानूनां दीआं कापियां साड़ के मोदी सरकार नूं इह दसणा चाहुंदे आ कि मोदी सरकार नूं इह कानून वापस लैणे पैणगे, जेकर नहीं लए तां इह संघर्ष जिहड़ा जारी रहेगा। ਟੋਹਾਣਾ ਵਿਖੇ ਜਿਸ ਤਰ੍ਹਾਂ ਕਿ ਬੀਜੇ ਆਪਣਾ JJP ਦੇ ਵਿਧਾਇਕ ਨੇ ਕਿਸਾਨਾਂ ਨਾਲ ਭੱਦੀ ਭਾਸ਼ਾ ਦਾ ਪ੍ਰਯੋਗ ਕੀਤਾ ਅਤੇ ਉੱਥੇ ਦੀ ਪੁਲਿਸ ਨੇ ਕਿਸਾਨ ਅਰੈਸਟ ਵੀ ਕੀਤਾ, ਕੀ ਕਹਿਣਾ ਚਾਹੁੰਦੇ? ਦੇਖੋ, ਜਿਹੜੀ ਵੀ ਸਰਕਾਰ ਕਿਸਾਨਾਂ 'ਤੇ ਧੱਕੇ ਨਾਲ ਡਾਂਗਾਂ ਦੇ ਨਾਲ ਇਹਨਾਂ ਨੂੰ ਸੰਘਰਸ਼ ਨੂੰ ਦਬਾਉਣਾ ਚਾਹੂਗੀ, ਕਿਸਾਨ ਉਹਦੇ ਨਾਲ ਖੜ੍ਹੇ ਨੇ ਸਾਰੇ ਕਿਸਾਨਾਂ ਦੇ, ਅਸੀਂ ਵੀ ਉਹਨਾਂ ਦੇ ਨਾਲ ਖੜ੍ਹੇ ਹਾਂ ਕਿ ਕਿਤੇ ਵੀ ਜੇ ਸਰਕਾਰ ਕਿਸਾਨਾਂ 'ਤੇ ਲਾਠੀਚਾਰਜ ਕਰਦੀ ਹੈ ਬਿਨਾਂ ਵਜ੍ਹਾ ਤੋਂ ਸ਼ਾਂਤਮਈ ਢੰਗ ਦੇ ਨਾਲ ਚੱਲ ਰਹੇ ਸੰਘਰਸ਼ ਨੂੰ ਖਰਾਬ ਕਰਨਾ ਚਾਹੁੰਦੀ ਹੈ, ਅਸੀਂ ਇਹਦੇ ਖਿਲਾਫ ਸਭਦਾ। ਤੁਹਾਡਾ ਅਗਲਾ ਸੰਘਰਸ਼ ਕੀ ਹੋਊਗਾ? ਅਗਲਾ ਸੰਘਰਸ਼ ਜੋ ਸੰਯੁਕਤ ਮੋਰਚਾ ਫੈਸਲਾ ਕਰਦਾ ਉਹਦੇ ਸੰਬੰਧ ਦੇ ਵਿੱਚ ਹੀ ਅਸੀਂ ਅਗਲੀ ਰਣਨੀਤੀ ਹੈ ਜਿਹੜੀ ਉਹ ਬਣਾਉਂਦੇ ਹਾਂ। ਜੋ ਵੀ ਸੱਦਾ ਆਉਂਦਾ ਹੈ, ਅਸੀਂ ਇੱਥੇ ਟ੍ਰੈਂਡ ਮਾਲ 'ਤੇ ਬੈਠਿਆਂ ਨੂੰ ਸਾਨੂੰ 8 ਮਹੀਨੇ ਹੋ ਗਏ ਨੇ, ਜੋ ਸੰਯੁਕਤ ਮੋਰਚਾ ਦਿੱਲੀ ਸੱਦਾ ਦਿੰਦਾ ਹੈ ਉਹਦੇ 'ਤੇ ਅਸੀਂ ਅਮਲ ਕਰਦੇ। ਦਿਨ ਬਾ ਦਿਨ ਮੋਦੀ ਸਰਕਾਰ ਜੋ ਮਹਿੰਗਾਈ ਕੀਤੀ ਜਾ ਰਹੀ ਹੈ, ਸਬਸਿਡੀ ਵੀ ਬੰਦ ਕਰਤੀ ਹੈ ਸਿਲੰਡਰਾਂ ਤੋਂ। ਦੇਖੋ, ਸਰਕਾਰ ਹਰ ਰੋਜ਼ 1-2 ਦਿਨ ਛੱਡ ਕੇ 25 ਪੈਸੇ ਤੋਂ 30 ਪੈਸੇ ਡੀਜ਼ਲ ਤੇ ਪੈਟਰੋਲ ਮਹਿੰਗਾ ਹੁੰਦਾ। ਕੋਈ ਵੀ ਸਰਕਾਰ ਭਾਵੇਂ ਸਟੇਟ ਦੀ ਆ ਚਾਹੇ ਉਹ ਹੈਗੀ ਆ ਸੈਂਟਰ, ਕੋਈ ਵੀ ਸਰਕਾਰ, ਕੋਈ ਵੀ MLA, ਕੋਈ ਵੀ MP ਇਸ ਗੱਲ ਤੇ ਬੋਲਣ ਲਈ ਤਿਆਰ ਨਹੀਂ ਕਿ ਮਹਿੰਗਾਈ ਵੱਧ ਰਹੀ ਹੈ, ਜਦੋਂ ਕਿ ਮੋਦੀ ਦੀ ਸਰਕਾਰ ਇਹ ਕਹਿ ਕੇ ਆਈ ਸੀ ਕਿ ਮਹਿੰਗਾਈ ਤੇ ਕਾਬੂ ਪਾਵਾਂ। ਪਰ ਹੁਣ ਇਹ ਸਭ ਤੋਂ ਵੱਧ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਵੱਜਣ ਲੱਗ ਗਈ ਕਿ ਕਾਰਪੋਰੇਟ ਨੂੰ ਪ੍ਰੋਫਿਟ ਕਿੱਥੋਂ ਹੁੰਦਾ, ਉਹਨੂੰ ਹੋਣਾ ਚਾਹੀਦਾ ਦੁਨੀਆ ਚਾਹੇ ਕੱਲ੍ਹ ਨੂੰ ਮਰਦੀ ਅੱਜ ਮਰਦੀ। 5 ਜੂਨ ਨੂੰ ਪਿਛਲੇ ਸਾਲ ਜਿਹੜੇ ਕਾਲੇ ਕਾਨੂੰਨ ਸੀਗੇ ਉਹ ਮੋਦੀ ਸਰਕਾਰ ਵੱਲੋਂ ਇੰਪਲੀਮੈਂਟ ਹੋਏ ਸੀਗੇ, ਪਰ ਅਸੀਂ ਇਹਨਾਂ ਨੂੰ ਪੂਰੇ ਤੌਰ ਤੇ ਇੰਪਲੀਮੈਂਟ ਨਹੀਂ ਹੋਣ ਦੇਣਾ। ਇਸੇ ਲਈ ਅੱਜ ਅਸੀਂ ਇੱਥੇ ਬੌੜਾ ਗੇਟ ਵਿਖੇ, ਨਾਭੇ ਵਿਖੇ ਜਿਹੜਾ ਸਾਡਾ ਮੁਜ਼ਾਹਰਾ ਪਟਿਆਲਾ ਗੇਟ ਟ੍ਰੈਂਡਸ ਮਾਲ ਤੋਂ ਲੈ ਕੇ ਆਏ ਹਾਂ, ਅਤੇ ਬੌੜਾ ਗੇਟ ਵਿਖੇ ਅਸੀਂ ਇਹ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਫੂਕ ਕੇ ਮੋਦੀ ਸਰਕਾਰ ਨੂੰ ਇਹ ਗੱਲ ਕੰਨ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਕਿ ਤੂੰ ਜਿੰਨਾ ਮਰਜ਼ੀ ਜ਼ੋਰ ਲਾ ਲਾ, ਅਸੀਂ ਧਰਨਿਆਂ ਤੋਂ ਨਹੀਂ ਉੱਠਣਾ, ਅਸੀਂ ਬਾਰਡਰਾਂ ਤੋਂ ਨਹੀਂ ਉੱਠਣਾ ਜਦੋਂ ਤੱਕ ਇਹ ਸਾਡੇ ਕਾਲੇ ਕਾਨੂੰਨ ਨੇ ਜਿਹੜੇ ਵਾਪਸ ਨਹੀਂ ਹੋ ਸਕਦੇ।
तरह कि ਤਹਾਣਾ ਦੇ ਵਿੱਚ ਜੀਜੀਪੀ ਵਿਧਾਇਕ ਵੱਲੋਂ ਮੰਦੀ ਭਾਸ਼ਾ ਦਾ ਪ੍ਰਯੋਗ ਕੀਤਾ ਗਿਆ ਕਿਸਾਨਾਂ ਵਾਸਤੇ ਤੇ ਉੱਥੇ ਕਿਸਾਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਠੀਕ ਹੈ ਮੈਂ ਇਸ ਵਿੱਚ ਇਹੀ ਕਹਿਣਾ ਚਾਹਾਂਗੀ ਕਿ ਦੁਨੀਆ ਦੇ ਉੱਤੇ ਇੰਨੇ ਲੋਕ ਮਰ ਰਹੇ ਨੇ ਦੁਨੀਆ ਦੇ ਉੱਤੇ ਇੰਨੇ ਜਿਹੜੇ ਇੰਨੀਆਂ ਜਿਹੜੀਆਂ ਲੋਕਾਂ ਦੇ ਨਾਲ ਦੁਰਵਿਵਹਾਰ ਹੋ ਰਹੇ ਨੇ ਇਹ ਸਾਰੀ ਪਿੱਛੇ ਮੈਂ ਕਿਉਂਕਿ ਹਜੇ ਵੀ ਇਹੋ ਜਿਹੇ ਲੋਕ ਨੇ ਜਿਨ੍ਹਾਂ ਦੇ ਜ਼ਮੀਰ ਨੇ ਜਿਹੜੇ ਨਹੀਂ ਜਾਗੇ ਹੈਗੇ ਇੰਨਾ ਕੁਝ ਸਾਡੇ ਨਾਲ ਹੋ ਰਿਹਾ ਉਹਨਾਂ ਨੂੰ ਨਹੀਂ ਦਿਖ ਰਿਹਾ ਹਲੇ ਵੀ ਇਹਨਾਂ ਦੀਆਂ ਇਹ ਹਰਕਤਾਂ ਜਾਰੀ ਨੇ ਤੁਸੀਂ ਜਿਵੇਂ ਕਿ ਜਾਣਦੇ ਹੋ ਕਿ ਨਵੇਂ ਨਵੇਂ ਕਾਂਗਰਸ ਪਾਰਟੀ ਦੇ ਵਿੱਚ ਅਕਾਲੀ ਦਲ ਪਾਰਟੀ ਦੇ ਵਿੱਚ ਨਵੇਂ ਨਾ ਨਵੇਂ ਬੰਦੇ ਨੇ ਜਿਹੜੇ ਉਹ ਐਡ ਹੋ ਰਹੇ ਨੇ ਪਾਰਟੀਆਂ ਦੇ ਵਿੱਚ ਜੁੜ ਰਹੇ ਨੇ ਉਹਨਾਂ ਨੂੰ ਹਲੇ ਤੱਕ ਇਹ ਸਮਝ ਨਹੀਂ ਆ ਰਹੀ ਕਿ ਇੰਨੇ ਜਿਹੜੇ ਅਸੀਂ ਇਹਨਾਂ ਦੇ ਨਾਲ ਜੁੜ ਰਹੇ ਹਾਂ ਉਹ ਉਹਨਾਂ ਦਾ ਕੀ ਆ ਉਹਨਾਂ ਦੇ ਉਹ ਸਾਡੇ ਲਈ ਤਾਂ ਸੁਣਦੇ ਨਹੀਂ ਹੈ ਜੇ ਬਣਾਉਣੀ ਹੈ ਤਾਂ ਇੱਕ ਅਲੱਗ ਪਾਰਟੀ ਐਵੇਂ ਦੀ ਇਮਾਨਦਾਰਾਂ ਦੀ ਪਾਰਟੀ ਬਣਾਈ ਜਾਵੇ ਤਾਂ ਕਿ ਯੂਨਿਟੀ ਦੇ ਵਿੱਚ ਰੱਖ ਕੇ ਅਸੀਂ ਆਪਣੇ ਦੇਸ਼ ਬਾਰੇ ਕੁਝ ਸੋਚ ਸਕੀਏ ਫੁੱਕਣੇ ਪੱਖੀਆਂ ਤਾਂ ਅਸੀਂ ਫੁੱਕਣਾ ਸਾਡਾ ਹੱਕ ਹੈ ਕਿਉਂਕਿ ਇਹਨਾਂ ਨੇ ਧੱਕੇ ਨਾਲ ਬਿੱਲ ਇੰਪਲੀਮੈਂਟ ਕੀਤੇ ਨੇ ਉਹਦੇ ਇੱਕ ਸਾਲ ਬਾਅਦ ਜੋ ਸਾਨੂੰ ਸੰਯੁਕਤ ਮੋਰਚੇ ਦੀ ਕਾਲ ਦੇ ਐਂਗਲ ਤੋਂ ਅਸੀਂ ਇਹਨਾਂ ਦੇ ਅੱਜ ਬਿੱਲ ਫੂਕਦੇ ਹਾਂ ਅਸੀਂ ਇਹਦੀ ਨਿੰਦਾ ਕਰਦੇ ਹਾਂ ਤੁਸੀਂ ਪਹਿਲਾਂ ਵੀ ਇੱਕ ਕੁਐਸਚਨ ਕੀਤਾ ਸੀਗਾ ਵੀ ਜਿਹੜੀ ਉਹ ਢਵਾਣੇ ਦੇ ਵਿੱਚ ਜਿਹੜੀ MLA ਨੇ ਅਸੀਂ ਉਹਦੀ ਪੂਰਜ਼ੋਰ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹਾਂ ਇਹ ਸਾਡਾ ਹੱਕ ਆ ਸਾਡਾ ਅਮਨ ਅਮਾਨ ਨਾਲ ਹੱਕ ਮੰਗਦੇ ਵਿਰੋਧ ਕਰਦੇ ਹਾਂ ਅਤੇ ਤੁਸੀਂ ਸਾਡੇ 'ਤੇ ਲਾਠੀ ਚਾਰਜ ਕਰਦੇ ਹੋ ਇਹ ਬਾਹਲਾ ਚਿਰ ਸਰਕਾਰਾਂ ਜਾਂ ਪਾਰਟੀਆਂ ਨਹੀਂ ਚੱਲ ਰਹੀਆਂ ਹੈਗੀਆਂ ਇਹ ਕੁਦਰਤੀ ਵਰਤਾਰਾ ਇਹ ਚੱਲਦਾ ਰਹੇਗਾ ਕੁਦਰਤ ਦੀ ਹਮੇਸ਼ਾ ਜਿੱਤ ਹੁੰਦੀ ਹੈ ਅਸੀਂ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਸਾਡੀ ਜਿੱਤ ਆ ਅਸੀਂ ਜਿੱਤੇ ਵੇ ਹਾਂ ਅੱਜ ਵੀ ਜਿੱਤੇ ਵੇ ਹਾਂ ਅਸੀਂ ਕੱਲ੍ਹ ਨੂੰ ਵੀ ਜਿੱਤਾਂਗੇ ਲੋਕਾਂ ਦੀ ਜਿੱਤ ਹੁੰਦੀ ਆ ਲੜਦੇ ਸੰਘਰਸ਼ ਕਰਦੇ ਲੋਕਾਂ ਦੀ ਜਿੱਤ ਹੁੰਦੀ ਆ ਕੋਠੀਆਂ ਦੇ ਵਿੱਚ ਬੈਠ ਕੇ ਥੋੜ੍ਹਾ ਜਿੱਤ ਹੁੰਦੀ ਆ ਅਸੀਂ ਤਾਂ ਜਿੱਤੇ ਵੇ ਹਾਂ ਅਸੀਂ ਤਾਂ ਜਿੱਤੇ ਵੇ ਹਾਂ ਅਸੀਂ ਅੱਜ ਵੀ ਬਿੱਲ ਫਾੜ ਰਹੇ ਹਾਂ ਇਹਨਾਂ ਦੇ ਅਸੀਂ ਤਾਂ ਇਸੇ ਲਈ ਇਹਨਾਂ ਨੂੰ ਗੌਰਮੈਂਟ ਨੂੰ ਦੱਸਣਾ ਚਾਹੁੰਦੇ ਹਾਂ ਵੀ ਇਹ ਤੋਂ ਆਵਾਜ਼ ਆ ਜਾਓ ਅਸੀਂ ਜਿੱਤੇ ਵੇ ਹਾਂ ਤੁਹਾਨੂੰ ਕੱਲ ਅੱਜ ਵੀ ਰੱਦ ਕਰਨੇ ਪੈਣੇ ਨੇ ਵੈਸੇ ਤਾਂ ਤੁਸੀਂ ਰੱਦ ਕਰੇ ਲੈ ਕਿਉਂਕਿ ਇਹ ਲੋਕਾਂ ਤੋਂ ਬਿਨਾਂ ਇਹ ਬਿੱਲ ਨਹੀਂ ਚੱਲਣੇ ਹੈਗੇ ਲੋਕਾਂ ਨੂੰ ਮਨਜ਼ੂਰ ਹੈ ਨਹੀਂ ਦੇਖੋ ਡੈਮੋਕ੍ਰੇਸੀ ਦੇ ਵਿੱਚ ਇਹੀ ਹੁੰਦਾ ਪਹਿਲਾਂ ਤੁਸੀਂ ਬਿੱਲ ਪਬਲਿਕ ਦੇ ਵਿੱਚ ਲੈ ਕੇ ਜਾਓ ਜੇ ਪਬਲਿਕ ਦੇ ਹਿੱਤ 'ਚ ਨੇ ਬਹੁਤੇ ਲੋਕ ਉਹਨੂੰ ਰੱਦ ਕਰਦੇ ਨੇ ਤਾਂ ਸਾਨੂੰ ਨਹੀਂ ਹੈਗੇ ਕਿਸਾਨਾਂ ਦੇ ਤਾਂ ਵੈਸੇ ਹੀ ਕਿਸਾਨਾਂ ਦੇ ਮਜ਼ਦੂਰਾਂ ਦੇ ਆਮ ਵਪਾਰੀਆਂ ਦੇ ਸਾਰਿਆਂ ਦੇ ਯਾਰ ਖਿਲਾਫ ਨੇ ਇਹ ਸਾਨੂੰ ਨਹੀਂ ਲੋੜ ਅਸੀਂ ਇਹਦੀ ਨਿੰਦਾ ਕਰਦੇ ਹਾਂ ਅੱਜ ਵੀ ਅਸੀਂ ਇਹਨਾਂ ਨੂੰ ਫੂਕ ਰਹੇ ਹਾਂ ਮੋਦੀ ਨੂੰ ਵੀ ਫੂਕ ਰਹੇ ਹਾਂ ਅਬਾਨੀਆਂ ਡਾਨੀਆਂ ਨੂੰ ਵੀ ਫੂਕ ਰਹੇ ਹਾਂ ਇਸ ਲਈ ਅਸੀਂ ਕਾਰਪੋਰੇਟ ਘਰਾਣੇ ਦਾ ਪੂਰਜ਼ੋਰ ਸ਼ਬਦਾਂ ਦੇ ਵਿੱਚ ਨਖੇਧੀ ਕਰਦੇ ਹਾਂ ਅਤੇ ਆਮ ਲੋਕਾਂ ਦਾ ਅਸੀਂ ਜਿੰਨਾ ਵੀ ਆ ਵੱਧ ਤੋਂ ਵੱਧ ਭਾਗੀਦਾਰ ਬਣਾਉਂਦੇ ਹਾਂ ਵੀ ਅਸੀਂ ਜਿੱਤੇ ਹਾਂ ਅੱਜ ਵੀ ਜਿੱਤੇ ਹੋਏ ਹਾਂ ਅਤੇ ਕੱਲ੍ਹ ਨੂੰ ਵੀ ਜਿੱਤਾਂਗੇ ਸਾਡੀ ਜਿੱਤ ਆਵਾਜ਼ੀ ਕਾਉਂਟੀ ਵੀ ਲਈ ਨਾਭਾ ਤੋਂ ਪੱਤਰਕਾਰ ਤਰੁਣ ਮਹਿਤਾ ਦੀ ਰਿਪੋਰਟ